दोस्तों की हाल चाल ने ਤੁਹਾਡਾ ਮਿਹਰਬਾਨ ਰਾਜ਼ਾ ਮਤ ਤੁਸੀਂ ਦੋਸਤ ਸੁਣਾ ਪੰਜਾਬ ਟੀਵੀ ਤੁਹਾਡਾ ਸੱਚੇ ਦਿਲ ਮੋਤੋ ਫਿਰ ਲੈ ਕੇ ਆਣਾ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਸ ਸਾਨੀ ਪਹੁੰਚ ਦੇਵੇ ਨੰਬਰ ਆਪਣਾ 10-0-359-16-00-211 ਵਟਸਐਪ ਨੰਬਰ ਤੇ ਨੰਬਰ ਹੈ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਹੈ ਮਾਸ਼ਾਅੱਲਾ ਮੇਰੇ ਸੱਜੇ ਪਾਸੇ ਇੱਕ ਪਿਓਰ ਨੀਲੀ ਮੱਝ ਆਈ ਹੈ ਮੱਝ ਦੀ ਲਾਮ ਮਾਸ਼ਾਅੱਲਾ ਬੜੀ ਹੈ ਕੱਦ ਬੜਾ ਮੱਝ ਦਾ ਬਾਕੀ ਸ਼ਾਹਕਾਰੀ ਮੱਝ ਹੈ ਮੁੱਠ ਮੁੱਠ ਦਾ ਥਾਣ ਹੈ ਧੁੰਨੀ ਤੋਂ ਲੈ ਕੇ ਸਾਤੀ ਹੁਣਾਂ ਲਾਈ ਖੜੀ ਹੈ ਬਾਕੀ ਬਰੀਕੀਆਂ ਮਾਝੀਆਂ ਬੜੀਆਂ ਨੇ ਇਹਨੂੰ ਆਉਣੇ ਬਰੀਕੀਆਂ ਮਾਸ਼ਾਅੱਲਾ ਪੂਛਰ ਬਰੀਕ ਹੈ ਜਿਵੇਂ ਡੋਰ ਹੁੰਦਾ ਇਹ ਕੈਮਰੇ ਨਿਗਾਹ ਵਿੱਚ ਲੈਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ ਅੱਛੇ ਤੇ ਪਿਓਰ ਨੀਲੀ ਜਾਨਵਰ ਆਉਂਦੇ ਨੇ ਮਿਹਨਤ ਕਰੀ ਜੀ ਅੱਲਾਹ ਦੀ ਮਿਹਰਬਾਨੀ ਨਾਲ ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਮਾਸ਼ਾਅੱਲਾ ਥਣ ਬੜਾ ਪਿਆਰਾ ਲੱਗਿਆ ਗਿੱਠ ਗਿੱਠ ਵਿਰਲਾ ਨੇ ਸਾਫ਼ ਸੁਥਰਾ ਥਾਣ ਹੈ ਮਾਸ਼ਾਅੱਲਾ ਇਹਨੂੰ ਆਉਂਦੇ ਨੇ ਥੱਬਿਆਂ ਲਗਾਉਂਦੇ ਤੇ ਥਣ ਮਾਸ਼ਾਅੱਲਾ ਛੁਹਾਰਾ ਥਾਣ ਹੈ ਮੁੱਠ ਮੁੱਠ ਦਾ ਥਾਣ ਹੈ ਸੀਰ ਸਭ ਮਾਝੇ ਬਾਕੀ ਪਹਿਲਣੇ ਜਾਂ ਦੂਜਣੇ ਇਹ ਭਾਈ ਤੋਂ ਗੱਲਾਂ ਸਾਰੀਆਂ ਪੁੱਛ ਲਾਂਗੇ ਜੋ ਵੀ ਮਾਮਲਾਤ ਨੇ ਅੱਲਾਹ ਦੀ ਮਿਹਰਬਾਨੀ ਨਾਲ ਮਾਝ ਦਾ ਕੁੱਤਾ ਬੜਾ ਪਿੱਲਾ ਹੈ ਕੁੱਤਾ ਬੜਾ ਪਿੱਲਾ ਮਾਸ਼ਾਅੱਲਾ ਬਾਕੀ ਕੈਮਰੇ ਨਿਗਾਹ ਵਿੱਚ ਇਹ ਸੂਈਏ ਜਾਂ ਸੁਣ ਵਾਲੀ ਇਹ ਸਾਰੀ ਡਿਟੇਲ ਪੁੱਛਾਂਗੇ ਪਾਰਿਆਂ ਤੋਂ ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਬਾਅਦ ਸਾਫ਼ ਸੁਥਰੀਏ ਕਿਸ ਵੀਰ ਭਰਾ ਨੂੰ ਪਸੰਦ ਆਵੇ ਆਪਣਾ ਨੰਬਰ 0-359-16-00-211 ਵਟਸਐਪ ਨੰਬਰ ਅਤੇ ਈਮੇਲ ਨੰਬਰ ਹੈ ਆਪਣੇ ਚੈਨਲ ਨੂੰ ਸ਼ੇਅਰ ਅਤੇ ਲਾਈਕ ਲਾਜ਼ਮੀ ਕਰਨਾ ਮਾਸ਼ਾਅੱਲਾ ਥਣ ਬੜਾ ਪਿਆਰਾ ਮਾਸ਼ਾਅੱਲਾ ਮੁੱਠ ਮੁੱਠ ਦਾ ਥਾਣ ਹੈ ਬਾਕੀ ਕੈਮਰੇ ਨਿਗਾਹ ਵਿੱਚ ਗਿੱਠ ਗਿੜੀ ਵਿਰਲਾ ਨੇ ਮਾਸ਼ਾਅੱਲਾ ਇਹਨੂੰ ਵਾਲੇ ਨੇ ਥੱਬਿਆਂ ਨਵਾਨੇ ਅਤੇ ਪੰਡਾਂ ਬਾਕੀ ਧੁੰਨੀ ਤੋਂ ਲੈ ਕੇ ਵਾਹ ਵਾਹ ਜੀ ਇਹ ਸਾਥ ਮਾਸ਼ਾਅੱਲਾ ਧੁੰਨੀ ਨਾਲ ਵਾਨਾ ਲੱਗਿਆ ਇਹ ਗਾੜੀ ਮਾਸ਼ਾਅੱਲਾ ਤੇ ਭਾਈ ਤੋਂ ਗੱਲਾਂ ਸਾਰੀ ਪੁੱਛਾਂਗੇ ਸੂਈਏ ਜਾਂ ਸੋ ਸਲਾਮ ਅਲੈਕਮ ਜੀ ਵਾਲੇਕਮ ਸਲਾਮ ਕੀ ਹਾਲ ਹੈ ਅੱਲਾ ਦਾ ਕਰਮ ਭਾਈ ਜੀ ਇਹ ਭਾਈ ਜੀ ਮੈਂ ਜਿਹੜੀ ਆਪਣੀ ਹਾਂਜੀ ਗੱਲਾਂ ਕਰਨੀਆਂ ਖਰੀਆਂ 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 ਹੋਣਗੀਆਂ ਪਹਿਲੇ ਨੇ ਕਿ ਦੂਜਾ ਨੇ ਅੱਜ ਖਰੀਆਂ ਹੀ ਹੋਣਗੀਆਂ ਆ ਖਰੀਆਂ ਘਰ ਦੇ ਗੱਲਾਂ ਭਾਈ ਰਿਆਜ਼ ਮੱਝ ਦੂਸਰਾ ਵਾਰਾ ਸੂਈ ਖੜੀ ਅੱਛਾ ਦੂਸਰਾ ਵਾਰਾ ਮਾਸ਼ਾਅੱਲਾ ਮੱਝ ਅਗਰ 10 ਸੂਏ ਸੂਲ ਹੋਵੇ ਨਾ ਮੱਝ ਥਾਣ ਇੱਥੇ ਰੱਖੇ ਪਹਿਲ ਨਾਲ ਪਹਿਲ ਨਾਲ ਅੱਛਾ ਜੀ ਮੱਝ ਦੂਜਾ ਨੇ ਅੱਲਾ ਦੇ ਹੁਕਮ ਨਾਲ ਸ਼ਰਤੀਆ ਦੂਜਾ ਨੇ ਅੱਛਾ ਤੇ ਮੱਝ ਨੂੰ ਪਰਸੋਂ ਸ਼ਾਮੀ ਸੋਈਏ ਹਲੇ ਬੌਲੀ ਚ ਪਹਿਲਾ ਬੌਲਾ ਕੱਢਿਆ ਮੈਂ 8 ਕਿਲੋ ਅੱਛਾ ਮੈਂ 8 ਕਿਲੋ ਬੌਲਾ ਕੱਢਿਆ ਪਹਿਲਾ ਬੌਲਾ ਬੱਚੇ ਨੂੰ ਛੱਡ ਕੇ 8 ਕਿਲੋ ਕੱਢਿਆ ਅੱਛਾ 8 ਕਿਲੋ ਤੈਨੂੰ ਪਤਾ ਕਿ ਬਾਈ ਰਿਆਜ਼ ਮੱਝ ਗਰਮੀ ਸੂ ਜਾਵੇ ਤੇ ਇੱਕ ਦਫਾ ਮੱਝ ਵੇਲੀ ਹੋ ਜਾਂਦੀ ਹੈ ਅੱਛਾ ਜੀ ਹਾਂਜੀ ਨਹੀਂ ਮਾਸ਼ਾਅੱਲਾ ਮੱਝ ਤਾਂ ਗੁੱਸਾ ਉਹ ਹੋਈ ਮਾਸ਼ਾਅੱਲਾ ਮੱਝ ਨੂੰ ਕੱਦ ਬੜਾ ਵੇਲ ਬੜੀ ਹੈ ਅੱਛਾ ਬਰੀਕ ਮੱਝ ਹੈ ਅੱਛਾ ਜੀ ਮੱਝ ਹਾਂਜੀ ਅੱਛਾ ਜੀ ਤੇ ਮੱਝ ਦੁੱਧ ਦੇਣ ਵਾਲੀ ਮੱਝ ਅੱਛਾ ਜੀ ਬਰੀਕ ਮੱਝ ਅੱਛਾ ਬਰੀਕ ਮੱਝ ਮਾਸ਼ਾਅੱਲਾ ਹਾਂਜੀ ਤੇ ਪਹਿਲੇ ਸੂਏ ਦਾ ਕੀ ਰਿਕਾਰਡ ਹੁੰਦਾ ਪਹਿਲੇ ਸੂਏ ਮੱਝ ਦੁੱਧ ਦਿੰਦੀ ਰਹੀ 16 ਕਿਲੋ 16 ਲੀਟਰ ਚ ਆਉਂਦਾ ਰਿਹਾ 16 ਲੀਟਰ 16 ਲੀਟਰ ਇਹ ਗੱਲ ਗੱਲਾਂ ਨਾਲ ਨਹੀਂ ਹਾਂ 16 ਲੀਟਰ ਮੱਝ ਨੂੰ ਕੱਦ ਬੜਾ ਅੱਗੇ ਮੱਝ ਜਿੱਕੀ ਹੈ ਪਿੱਛੇ ਉੱਚੀ ਹੈ ਅੱਛਾ ਅੱਗੋਂ ਨੀਰ ਪਿੱਛੇ ਹਾਂ ਕੱਦ ਮੱਝ ਨੂੰ ਕਮ ਅਜ਼ ਕਮ 5-6 ਫੁੱਟ ਅੱਛਾ ਜੀ ਹਾਂਜੀ ਕੋੜੀ ਦੁਨੀ ਬਿਲਕੁਲ ਪਾ ਕੇ ਥੰਜ ਦੇ ਭਾਰਾ ਛੱਤਾ ਅਗਾੜੀ ਕਮ ਅਜ਼ ਕਮ ਮੱਝ ਦੀ ਇਸ ਟਾਈਮ ਹਾਜ਼ਰ ਮੌਕੇ ਬੌਲੀ ਦੇ ਵਿੱਚ 2 ਕਿਲੋ ਬੌਲੀ ਵੀ 2 ਕਿਲੋ ਗਾੜੀ ਮਾਰ ਹਾਂਜੀ ਇਹ ਦੁੱਧ ਜਦੋਂ ਆਉਣਾ ਬੱਕੀ ਤਾਂ ਹੈ ਹੀ ਕੋਈ ਨਹੀਂ ਬਿਲਕੁਲ ਅੱਛਾ ਜੋ ਦੁੱਧ ਤੇ ਆਣਾ ਹੈ ਮੈਂ ਨੇ ਹਾਂ ਦੁੱਧ ਮਾਈ ਕਰੇ ਕਿ 18 ਤੋਂ ਕੀ ਅੱਲਾ ਦੇ ਹੁਕਮ ਨਾਲ ਅੱਲਾ ਦੇ ਹੁਕਮ ਨਾਲ ਮੈਂ ਬਰੀਕ ਮਾਈ ਦੁੱਧ ਦਿੰਦੀ ਅੱਛਾ ਹਾਂਜੀ ਤੇ ਨਸਲਾ ਦੁੱਧ ਦਿੰਦੀ ਨਸਲਾ ਦੇ ਨਹੀਂ ਠੀਕ ਹੋ ਗਿਆ ਜੀ ਤੇ ਹੁਣ ਗੱਲ ਕਰ ਕੋਈ ਭਾਰਾ ਛੱਟਾ ਵਾਦਾ ਘਟਾ ਹਰ ਚੀਜ਼ ਦੀ ਆਪਣੀ ਸ਼ੋਲਟੀ ਹੋਏਗੀ ਹਰ ਚੀਜ਼ ਦੀ ਆਪਣੀ ਸ਼ੋਲਟੀ ਹੋਏਗੀ ਕੋਈ ਵੀਰ ਨਾ ਵੀ ਚੋਵੇ ਉੱਥੇ ਜਾ ਕੇ ਵੀ ਆਪਣੀ ਸ਼ੋਲਟੀ ਹੋਏਗੀ ਨਹੀਂ ਉਹ ਤਾਂ ਚੋ ਹੀ ਲੈਣੀ ਹੈ ਚੋ ਕੇ ਖਰੀ ਕਰ ਦਿਆ ਵੀਰ ਭਰਾ ਨਾ ਨਾ ਆਵੇ ਮੌਕੇ ਤੇ ਹਾਂਜੀ ਉਹ ਥਣ ਚੜੀ ਦੀ ਗਾਰੰਟੀ ਸਾਡੀ ਹੁੰਦੀ ਹਾਂਜੀ ਬਿਲਕੁਲ ਠੀਕ ਹੈ ਜਿਹੜਾ ਮੌਕੇ ਤੇ ਆ ਜਾਵੇ ਉਹ ਮਿੱਟੀ ਏ ਸੋਵਾ ਉਹ ਉਹਦੀਆਂ ਗੱਲਾਂ ਹੁੰਦੀਆਂ ਉਹਦੀਆਂ ਗੱਲਾਂ ਉਹ ਮੌਕੇ ਤੇ ਆ ਜਾਂਦੇ ਜੀ ਬਿਲਕੁਲ ਠੀਕ ਹੈ ਰੇਟ ਸੋਵਾ 5-4 ਦਾ ਚੁਕਾ ਲੈਂਦੇ ਚੁਕਾ ਲੈਂਦੇ ਚੁਕਾ ਹਾਂਜੀ ਠੀਕ ਹੈ ਹਾਂਜੀ ਉਹ ਥਣ ਚੜੀ ਦੀ ਗਾਰੰਟੀ ਸਾਡੀ ਏ ਬਾਕੀ ਉਹਦਾ ਰੇਟ ਤੋੜਨਾ ਸਾਡੇ ਨਾਲ ਬਿਲਕੁਲ ਐਵੇਂ ਗੱਲ ਤੁਹਾਨੂੰ ਪੁੱਛਾਂ ਜਾਂ ਇੰਨੇ ਦੇ ਦਿਓ ਬਿਲਕੁਲ ਐਵੇਂ ਗੱਲ ਤੇ ਜੇ ਹੋ ਗਿਆ ਤੁਹਾਨੂੰ ਮੈਨੂੰ ਪੰਡ ਜਿਹੜਾ ਛੱਡਾ ਲੱਗ ਅੱਛਾ ਹਾਂ ਤੇ ਹੁਣ ਇਹ ਦੱਸਾਂ ਪੱਕਾ ਪਿੰਡ ਦਾ ਮੁੱਲ ਕਰ ਜੀਤ ਮੈਨੂੰ ਮਾਈ ਦਾ ਮੁੱਲ ਤਾਂ ਕਰਨਾ ਭਾਈ ਰਿਆਜ਼ ਇੱਥੇ ਆਮ ਮੰਗੀ ਜਾਣਾ 5 ਲੱਖ ਅੱਛਾ ਆਮ ਮੰਗੀ ਜਾਣਾ 5 ਲੱਖ 5 ਲੱਖ ਰੁਪਏ ਜ਼ਿਆਦਾ ਹੈ ਹਾਂਜੀ ਤੇ ਕੋਈ ਪੱਕਾ ਪੀਡਾ ਹੈ ਦੱਸ ਪੱਕੀ ਪੀਡੀ ਗੱਲ ਪੱਕੀ ਪੀਡੀ ਹਾਂ ਪੱਕੀਆਂ ਗੱਲਾਂ ਕਰਨੀਆਂ ਮੁੱਲ ਮੰਗਣ ਪਾਉਂਦਾ ਮਾਈ ਦਾ ਪੈਨਲ 4.5 ਲੱਖ ਸਾਢੇ 4 ਲੱਖ ਰੁਪਏ ਏਡੇ ਕੱਦ ਵਾਲੀ ਮਾਈ ਦੂਜਣ ਨਹੀਂ ਲੱਭਦੀ ਪਿੰਡਾਂ ਦੇ ਪਿੰਡ ਫਿਰ ਲਾ ਅੱਛਾ ਤੇ ਮੱਝ ਕੱਦ ਵਾਲੀ ਦੁੱਧ ਦਿੰਦੀ ਹੈ ਛੋਟੀ ਮੱਝ ਦੁੱਧ ਨਹੀਂ ਦਿੰਦੀ ਲਾਮ ਕਿੰਨਾ ਮਾਸ਼ਾਅੱਲਾ ਲਾਮ ਮੱਝ ਹੈ ਤਕਰੀਬਨ 12 ਫੁੱਟ ਅੱਛਾ 12 ਫੁੱਟ ਲੰਬਾਈ ਮੱਝ ਅੱਛਾ 12 ਫੁੱਟ ਲੰਬਾਈ ਹੈ ਕੱਦ ਮੱਝ ਨੂੰ 5-6 ਫੁੱਟ ਅੱਛਾ ਹਾਂਜੀ ਇੱਕ ਉਹਦੇ ਵਿੱਚ ਹੋ ਜਾ ਹੋਰ ਆ ਜਾ
मैं जो हूं यह दस भी साढ़े चार लाख पिछले प्यार मुहबत कि करेगा चार लख ती हजार की माई फाइनल दे चार लख ती हजार की चार लख ती हजार इतो सौ भी घट नहीं होना नहीं पक्की पिटी गल कर यार लोग कहें कि जंगली मुल बहुत मंगने जंगली जंगली तो मुल करते ही नहीं जंगली तो माल विक जाए अगे पिछे चड्डा सूत लैके दुनी ती चा ही चड्डा माई अच्छा हां जी मेरा वीर कद माई चेक कर मेरी गल सुन कद चंगा मैं थणा भी साफ सुथरी फिरला भी चंगिया ने हां जी हुण मेरा वीर पता की गल है रेट पसंद आव ना मैं चंगी माशाला ये नहीं मेरा मैं माड़ी तेरी चंगी जात रब दी है कोई भी पसंद आ जावे हां जी मज अपने राबता करे जी पक्की पीटी गल मैं दस दे भी इन्हें नहीं मैं देनी चार लाख तीस हजार दी मैं फाइनल देंगे चार लाख तीस हजार दी मैं फाइनल देंगे चार लाख तीस हजार रुपये यार मैं मेरी गल सुन मैं भी चंगी भाई यार मैं चंगी है मैं वेखदी मर्जी मैं चंगी उठ जेडी मर्जी उठ जेडी है मर्जी उठ जेडी मर्जी अच्छा ते चड्डे तो मैं वेख ਹਾਂ ਜੀ ਫੁਹਾਰਾ ਛੱਟਾ ਵਾਧਾ ਹਰ ਚੀਜ਼ ਦੀ ਆਪਣੀ ਸ਼ੋਲਡੀ ਹੋਈ ਚਾਰ ਲੱਖ ਤੀਹ ਹਜ਼ਾਰ ਵਿੱਚੋਂ ਕਿੰਨਾ ਕਰੇਗਾ ਯਾਰ ਚਲੋ ਪੰਜ ਹਜ਼ਾਰ ਰੁਪਇਆ ਕਲਾਸਿਕ ਦੀ ਡੱਬੀ ਹੈ ਸੌ ਰੁਪਏ ਦੀ ਪੰਜ ਹਜ਼ਾਰ ਨਾਲ ਦੇਣੀ ਅੱਛਾ ਹਾਂਜੀ ਚਾਰ ਲੱਖ ਪੱਚੀ ਹਜ਼ਾਰ ਰੁਪਇਆ ਮਾਲਕਾਂ ਦੀ ਡਿਮਾਂਡ ਹੈ ਵਿੱਚ ਪਿਆਰ ਮੁਹੱਬਤ ਦੀ ਇਸ਼ਾਰਾ ਕਰੇਗਾ ਕਿਉਂਕਿ ਬਸ ਹੋ ਗਿਆ ਪਿਆਰ ਮੁਹੱਬਤ ਚਾਰ ਲੱਖ ਪੱਚੀ ਹਜ਼ਾਰ ਰੁਪਇਆ ਡਿਮਾਂਡ ਮਾਲਕਾਂ ਦੀ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ ਫੁੱਲ ਫੁੱਲ ਹੋਵੇਗਾ ਇਨਸ਼ਾਅੱਲਾ ਵੀਰ ਭਰਾ ਨੂੰ ਜਿਸ ਦੇ ਪਸੰਦ ਆ ਜਾਵੇ ਨੰਬਰ ਆਪਣਾ ਹੁੰਦਾ 0300 ਮਾਸ਼ਾਅੱਲਾ ਕੱਟੀ ਨੂੰ ਪੁੱਠਾ ਹੁਣ ਚੈੱਕ ਕਰ ਅੱਛਾ ਮਗਰ ਕੱਟੀ ਥੱਬੇ ਲਵਾਨੇ